ਆ ਦੇਖੋ ਜੀ, ਅਸੀਂ ਛੋਟੇ ਛੋਟੇ ਬੱਚੇ ਲੈ ਕੇ ਆਪਣੇ ਮੋਢਿਆਂ ਤੇ, ਜੇ ਸਾਡਾ ਬੱਚਾ ਮਰ ਗਿਆ ਉਹਨੂੰ ਜ਼ਿੰਮੇਵਾਰ ਕੌਣ ਹੋਏਗਾ? ਮਜਬੂਰੀ ਐਸੀ ਹੈ ਕਿ ਆ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਪਾਣੀ ਦੇ ਵਿੱਚੋਂ ਜਾਣਾ ਪੈ ਰਿਹਾ। ਆ ਦੇਖ ਲੋ, ਆ ਛੋਟੇ ਛੋਟੇ ਬੱਚੇ ਆ, ਰੱਬ ਨਾ ਕਰੇ ਕੀ ਹੋ ਗਿਆ। ਪਾਣੀ ਦਾ ਵਹਾਅ ਉੱਥੋਂ ਦੀ ਬੱਚਾ ਨੂੰ ਲੈ ਕੇ ਲੰਘਣਾ, ਪਰ ਮਜਬੂਰੀ ਹੈ। ਔਰ ਇਹ ਬੀਬੀ ਵਿਚਾਰੀ ਡਰ ਰਹੀ ਹੈ ਕਿ ਪਾਣੀ ਦਾ ਵਹਾਅ ਤੇਜ਼ ਹੈ। ਅੱਛਾ, ਕਿੱਥੇ ਜਾਣਾ ਤੁਸੀਂ? ਅੰਬਾਲਾ ਜਾਣਾ ਹੈ ਜੀ। ਆਏ ਕਿੱਥੋਂ? ਧੂਰੀ ਤੋਂ। ਧੂਰੀ ਤੋਂ ਅੰਬਾਲਾ ਜਾਣਾ? ਹਾਂਜੀ। ਕੀ ਹੋ ਗਿਆ? ਪਾਣੀ ਬੱਚੇ ਕਿ ਤੁਹਾਡੇ ਬੱਚੇ ਨੇ? ਹਾਂਜੀ, ਮੇਰੇ ਬੱਚੇ ਦੋ, ਮੇਰੇ ਹਸਬੰਡ ਹੈ। ਕਿਵੇਂ ਐਸੇ ਹਾਲਾਤਾਂ ਦੇ ਵਿੱਚੋਂ ਲੰਘਣ ਦੀ ਮਜਬੂਰੀ ਬਣ ਗਈ ਹੈ? ਜੇ ਮਾਰੇ ਡੈਥ ਹੋ ਗਈ, ਮੇਰੀ ਬੁਆ ਜੀ ਕੀ ਉਹਨਾਂ ਦਾ ਭੋਗ ਹੈ। ਭੋਗ ਤੇ ਜਾਣਾ? ਹਾਂਜੀ। ਭਾਈ ਹਾਲਾਤ ਨੇ, ਭੋਗ ਤੇ ਜਾਣਾ। ਬਾਈ ਜੀ, ਉੱਪਰ ਦੀ ਲੰਘਣ ਦੀ ਕੋਸ਼ਿਸ਼ ਨਹੀਂ ਕੀਤੀ? ਨਿੱਕੇ ਨਿੱਕੇ ਬੱਚੇ ਤੁਹਾਡੇ ਨਾਲ, ਉਹਨਾਂ ਨੂੰ ਕਿਹਾ ਨਹੀਂ ਕਿ ਬੱਚੇ ਆ? ਜਾਣੇ ਨਹੀਂ ਦੇ ਰਹੇ ਜੀ, ਬਿਲਕੁਲ ਵੀ। ਕਿਹਾ ਸੀ ਤੁਸੀਂ ਬੱਚੇ ਨਾਲ? ਜੀ ਵੀ ਬੱਚੇ ਨਾਲ ਹੈ, ਕਹਿੰਦੇ ਕੋਈ ਨਾ ਨੀਚੇ ਸੇ ਆਟੋ ਮਿਲ ਜਾਏਗਾ, ਨੀਚੇ ਸੇ ਜਾਓ। ਕਹਿੰਦੇ ਪਾਣੀ ਵੇਦੀ ਜਾਓ। ਹਾਂਜੀ, ਜਾਣ ਨਹੀਂ ਦੇ। ਆ ਦੱਸੋ ਜੀ, ਅਸੀਂ ਹੁਣ ਇਹ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਹੁਣ ਪਾਣੀ 'ਚ ਮਰੀਏ ਜਾਂ ਪੰਜਾਬ ਹਰਿਆਣਾ ਸਰਕਾਰ 'ਚ ਮਰੀਏ ਜੀ? ਦੱਸੋ ਹੁਣ ਇਹ। ਦੇਖੋ ਜੀ, ਸਾਡਾ ਕੋਈ ਸੰਭਾਵਨਾ ਵੀ ਨਹੀਂ ਹੈ ਜੀ, ਸਾਡੀ ਕੋਈ ਸੁਣਾਈ ਨਹੀਂ ਕਰੀ ਸਰਕਾਰ, ਸਾਡੀ ਸਰਕਾਰ ਕੋਈ ਸੁਣਾਈ ਨਹੀਂ ਕਰੀ। ਆਹ ਦੇਖੋ ਜੀ, ਅਸੀਂ ਛੋਟੇ ਛੋਟੇ ਬੱਚੇ ਲੈ ਕੇ ਆਪਣੇ ਮੋਢਿਆਂ ਤੇ, ਜੇ ਸਾਡਾ ਬੱਚਾ ਮਰ ਗਿਆ ਉਹਦਾ ਜ਼ਿੰਮੇਵਾਰ ਕੌਣ ਹੋਏਗਾ? ਹਰਿਆਣਾ ਸਰਕਾਰ ਹੋਏਗੀ ਕਿ ਨਹੀਂ ਹੋਏਗੀ ਸਰ? ਹਰਿਆਣਾ ਸਰਕਾਰ ਹੋਏਗੀ। ਆਹ ਦੇਖੋ ਜੀ, ਅਸੀਂ ਤਾਂ ਆਪਣੇ ਮੋਢਿਆਂ ਤੇ ਲੈ ਕੇ, ਸਾਨੂੰ ਐਮਰਜੈਂਸੀ ਹੈ ਜੀ, ਸਾਡੇ ਡੈਥ ਹੋ ਗਈ, ਸਾਡੇ ਡੈਥ ਹੋ ਗਈ, ਸਾਡੇ ਡੈਥ ਹੋ ਗਈ, ਸਾਡਾ ਭਤੀਜਾ ਪੂਰਾ ਹੋ ਗਿਆ, ਸਾਨੂੰ ਉੱਥੇ ਜਾਣਾ, ਜ਼ਰੂਰੀ ਹੈ, ਬਹੁਤ ਐਮਰਜੈਂਸੀ ਹੈ। ਹੁਣ ਆਹ ਦੱਸੋ ਜੀ, ਸਾਨੂੰ ਜਾਣ ਦਾ ਕੋਈ ਸਾਧਨ ਨਹੀਂ ਹੈ ਜੀ। ਅਸੀਂ ਇਹੀ ਚਾਹਵਾਂਗੇ ਹਰਿਆਣਾ ਸਰਕਾਰ ਤੋਂ, ਇਹ ਖੱਟਰ ਸਰਕਾਰ ਤੋਂ, ਵੀ ਸਾਡਾ ਕੋਈ ਹੱਲ ਕਰੋ। ਇਹ ਗੰਦੀ ਸਰਕਾਰ ਹੈ, ਗੰਦੀ ਸਰਕਾਰ ਹੈ, ਬੀਜੇਪੀ ਗੰਦੀ ਸਰਕਾਰ ਹੈ। ਤਾਂ ਇਹ ਦੁਖੀ ਨੇ ਜੀ, ਮਜਬੂਰੀ ਬਸ ਤਲਖ ਹੋ ਰਹੇ ਨੇ ਕਿ ਬੱਚੇ ਨਿੱਕੇ ਨਿੱਕੇ ਨਾਲ ਨੇ। ਉੱਪਰ ਦੱਸਿਆ ਕਿ ਭਾਈ ਅਸੀਂ ਲੰਘਣਾ ਮਜਬੂਰੀ ਹੈ। ਇਹ ਬੀਬੀ ਵਿਚਾਰੀ ਹੰਝੂ ਨਿਕਲਿਆ, ਇਹ ਡਰਦੀ ਹੈ ਕਿ ਬੱਚਿਆਂ ਨੇ ਜਾਣਾ ਇੱਥੋਂ ਦੀ, ਬੱਚਿਆਂ ਨੂੰ ਲੈ ਕੇ ਕਿਵੇਂ ਜਾਵਾਂ, ਹਾਲੇ ਵੀ ਡਰ ਰਹੀ ਹੈ। ਇਹਨਾਂ ਦਾ ਘਰ ਵਾਲਾ ਪਹਿਲਾਂ ਵਿਚਾਰਾ ਗਿਆ, ਉਹ ਦੇਖੋ ਬੱਚੇ ਨੂੰ ਲੈ ਕੇ ਉਹ ਅੱਗੇ ਜਾ ਰਿਹਾ, ਪਹਿਲਾਂ ਉਹ ਇੱਕ ਇੱਕ ਕਰਕੇ ਬੱਚਿਆਂ ਨੂੰ ਛੱਡ ਕੇ ਆਏਗਾ, ਕਿਉਂਕਿ ਔਰਤਾਂ ਦਿਲ ਕਮਜ਼ੋਰ ਹੁੰਦਾ। ਤਾਂ ਇਹ ਤੁਸੀਂ ਦੇਖੋ ਤਸਵੀਰਾਂ, ਹਾਲਾਂਕਿ ਕਈ ਵਿਚਾਰੀਆਂ ਬਹਾਦਰ ਔਰਤਾਂ ਵਿਚਾਰੀਆਂ ਲੰਘੀਆਂ ਵੀ, ਮਜਬੂਰੀ ਆ। ਕਹਿੰਦੇ ਕਿ ਜਿਸ ਤਰ੍ਹਾਂ ਪਹਿਲਾਂ ਇੱਕ ਲੜਕਾ ਡਰ ਰਿਹਾ ਸੀ, ਕਿਉਂਕਿ ਹਾਲਾਤ ਐਸੇ ਨੇ, ਕਹਿੰਦੇ ਨੇ ਕਿ ਮਜਬੂਰੀ ਵੀ ਐਸੀ ਆ, ਕਿਸੇ ਦੇ ਘਰੇ ਡੈਥ ਹੋਈ ਆ, ਕਿਸੇ ਦੇ ਘਰੇ ਕੋਈ ਬਿਮਾਰ ਆ, ਤਾਂ ਇਹ ਮਜਬੂਰੀ ਬਸ ਵਿਚਾਰੇ ਇਸ ਪਾਣੀ ਦੇ ਵਿੱਚੋਂ ਲੰਘਣ ਲਈ ਮਜਬੂਰ ਨੇ, ਹਾਲਾਤ ਐਸੇ ਨੇ। ਇੱਧਰ ਵੀਰ ਹੋਣੀ, ਇਹਨਾਂ ਨੇ ਅੰਬਾਲਾ ਕੈਂਟ ਜਾਣਾ, ਉਹਨਾਂ ਨੇ ਸਹਾਰਨਪੁਰ ਜਾਣਾ। ਤਾਂ ਇਹ ਤ੍ਰਾਸਦੀ ਆ ਜੀ, ਤੁਸੀਂ ਦੇਖ ਲਓ ਪਾਣੀ ਦੇ ਵਿੱਚ। ਪਹਿਲਾਂ ਇੱਕ ਵੀਰ ਆਇਆ ਸੀ, ਉਹ ਕਹਿੰਦਾ ਜੀ ਪੱਥਰ ਵੀ ਬੜੇ ਨੇ, ਵੱਟੇ ਬੜੇ ਨੇ, ਪੈਰਾਂ 'ਚ ਵੱਜ ਰਹੇ ਆ। ਤਾਂ ਆਖਿਰ ਇਸ ਸਮੱਸਿਆ, ਇਸ ਜ਼ਿੰਮੇਵਾਰ, ਇਸ ਮੁਸ਼ਕਲ ਦੇ ਲਈ ਜ਼ਿੰਮੇਵਾਰ ਕੌਣ ਹੈ? ਬਾਈ ਜੀ ਇੱਧਰ ਦੀ ਲੰਘੋ, ਬਾਈ ਜੀ ਇੱਧਰ ਦੀ ਲੰਘੇ ਸਾਰੇ, ਉੱਧਰ ਪਾਣੀ ਦਾ ਵਹਾਅ ਤੇਜ਼ ਹੈ, ਤੁਸੀਂ ਇੱਧਰ ਦੀ ਲੰਘ ਜਾਓ। ਬਾਈ ਜੀ ਧਿਆਨ ਨਾਲ, ਬੱਚਾ ਮੋਢਿਆਂ 'ਤੇ ਹੈ,
ਬੱਚਾ ਮੋਢਿਆਂ ਤੇ ਹੈ, ਪਾਣੀ ਦੇ ਵਿੱਚੋਂ ਜਾਣ ਲਈ ਮਜਬੂਰ। ਪਰਮਾਤਮਾ ਇਹਨਾਂ ਦਾ ਸਾਥ ਦੇਵੇ, ਵਾਹਿਗੁਰੂ ਭਲੀ ਕਰੇ। ਤਾਂ ਇਹ ਹਾਲਾਤ ਨੇ ਜੀ, ਵਾਹਿਗੁਰੂ ਭਲੀ ਕਰੇ। ਛੋਟੇ ਛੋਟੇ ਬੱਚੇ ਨੇ, ਇਹੀ ਵਾਹਿਗੁਰੂ ਮੂਹਰੇ ਅਰਦਾਸ ਹੈ ਕਿ ਜੋ ਹਾਲਾਤ ਬਣੇ ਨੇ ਇਹਨਾਂ ਬੱਚਿਆਂ ਨੂੰ, ਇਹਨਾਂ ਪਰਿਵਾਰਾਂ ਨੂੰ ਵਾਹਿਗੁਰੂ ਮਿਹਰ ਕਰੇ, ਸੁਰੱਖਿਅਤ ਰੱਖੇ। ਆਹ ਨਿੱਕੀਆਂ ਨਿੱਕੀਆਂ ਕੁੜੀਆਂ ਇੱਧਰ, ਇਹਨਾਂ ਨੇ ਵੀ ਇਸੇ ਦਰਿਆ ਦੇ ਪਾਣੀ ਦੇ ਵਿੱਚੋਂ ਲੰਘਣਾ। ਤਾਂ ਇਹ ਤਸਵੀਰ ਵੇਖ ਕੇ ਘਬਰਾਹਟ ਹੁੰਦੀ ਹੈ। ਇਹ ਦੇਖੋ ਤੁਸੀਂ, ਛੋਟੀਆਂ ਛੋਟੀਆਂ ਕੁੜੀਆਂ ਨੇ, ਇਹਨਾਂ ਬੱਚੀਆਂ ਨੇ, ਆਹ ਦੋ ਬੱਚੀਆਂ ਪਿੱਛੇ ਹੈ, ਇਹਨਾਂ ਬੱਚੀਆਂ ਨੇ ਇੱਥੋਂ ਲੰਘਣਾ। ਬੱਚੇ ਕਿੱਥੋਂ ਆਏ ਤੁਸੀਂ? ਪਟਿਆਲੇ। ਜਾਣਾ ਕਿੱਥੇ? ਅੰਬਾਲੇ। ਅੰਬਾਲੇ ਜਾਣਾ? ਤੁਸੀਂ ਇਕੱਲੀਆਂ ਬੱਚੀਆਂ, ਪਰਿਵਾਰ ਨਾਲ? ਹਾਂਜੀ। ਉੱਧਰ ਬੇਟਾ ਕੀ ਕਾਤ, ਕੀ ਮਜਬੂਰੀ ਹੈ ਜਾਣ ਦੀ? ਅਸੀਂ ਤਾਂ ਜੀ ਘੁੰਮਣ ਜਾ ਰਹੇ ਸੀ, ਸਾਨੂੰ ਪਤਾ ਨਹੀਂ ਸੀ, ਸਾਨੂੰ ਪਤਾ ਨਹੀਂ ਸੀ ਕਿ ਉਰੇ ਨਾਕਾ ਨੁਕਾ ਲੱਗਿਆ, ਇੱਥੇ ਆ ਕੇ ਫਸ ਗਏ। ਹਾਂਜੀ, ਪਹਿਲਾਂ ਅਸੀਂ ਸਟੇਸ਼ਨ ਤੇ ਗਏ, ਉੱਥੇ ਵੀ ਸਾਡੀ ਗੱਡੀ ਛੁੱਟ ਗਈ। ਫਿਰ ਅਸੀਂ ਉਰੇ, ਕਹਿੰਦੇ ਕਿ ਤੁਸੀਂ ਬਾਈਪਾਸ ਹੋ ਕੇ ਜਾ ਸਕਦੇ ਹੋ, ਉਰੇ ਆ ਤਾਂ ਉਰੇ ਕਿਰਾਏ ਵੀ ਬਹੁਤ ਜ਼ਿਆਦਾ ਮੰਗ ਰਹੇ ਨੇ। ਤਾਂ ਇਹ ਬੱਚੀਆਂ ਨੇ ਜੀ, ਇਹ ਵੀ ਫਸ ਗਈਆਂ ਇੱਥੇ ਇਸ ਪਾਣੀ ਦੇ ਵਿੱਚ ਮਜਬੂਰ। ਉਹ ਦੇਖੋ ਉਹ ਸਾਰੇ ਲੰਘ ਰਹੇ ਨੇ, ਆ ਬੀਬੀ ਜਾ ਰਹੀ ਵਿਚਾਰੀ। ਤਾਂ ਇਹ ਤਸਵੀਰਾਂ ਵੇਖ ਕੇ ਵੇਖਣ ਵਾਲੇ ਨੂੰ ਘਬਰਾਹਟ ਹੁੰਦੀ ਹੈ ਕਿ ਇਹ ਜ਼ਿੰਦਗੀ ਦਾਅ ਤੇ ਲਾਉਣ ਵਾਲੇ ਹਾਲਾਤ ਨੇ, ਆਖਿਰ ਐਸੀ ਮਜਬੂਰੀ ਕਿਉਂ? ਜਿਹੜੇ ਉੱਤੇ ਹਾਈਵੇ ਬਣੇ ਨੇ, ਜੇ ਤੁਸੀਂ ਪ੍ਰਦਰਸ਼ਨ ਰੋਕਣਾ, ਜੇ ਤੁਸੀਂ ਕਿਸਾਨਾਂ ਨੂੰ ਰੋਕਣਾ, ਇਹਨਾਂ ਆਮ ਲੋਕਾਂ ਨੇ ਤਾਂ ਤੁਹਾਡਾ ਕੁਝ ਨਹੀਂ ਵਿਗਾੜਿਆ, ਘੱਟੋ ਘੱਟ ਇਹਨਾਂ ਨੂੰ ਤਾਂ ਤੁਸੀਂ ਇਸ ਰਸਤੇ ਤੋਂ ਸੁਰੱਖਿਅਤ ਲੰਘ ਜਾਣ ਦਿਓ। ਇਹਨਾਂ ਨੂੰ ਕਿਉਂ ਤੁਸੀਂ ਇਸ ਮੌਤ ਦੇ ਮੂੰਹ 'ਚ ਧਕੇਲ ਰਹੇ ਹੋ? ਕਿਉਂ ਮੌਤ ਦੇ ਮੂੰਹ 'ਚ ਇਹਨਾਂ ਨੂੰ ਵੜਨ ਲਈ ਮਜਬੂਰ ਕਰਦੇ ਹੋ? ਪ੍ਰਸ਼ਾਸਨ ਨੂੰ ਇਹ ਸਮਝਣਾ ਪਏਗਾ, ਉੱਤੇ ਬੈਠ ਕੇ ਲਕੀਰ ਦੇ ਫਕੀਰ ਬਣ ਕੇ ਗੁਜ਼ਾਰਾ ਨਹੀਂ ਹੋਣਾ। ਵਰਦੀਆਂ ਪਾ ਕੇ ਮੋਢਿਆਂ 'ਤੇ ਸਟਾਰ ਲਾ ਕੇ ਜਿਹੜੇ ਡਿਪਟੀ SP ਅਫਸਰ ਜਿਹੜੇ ਉੱਤੇ ਖੜ੍ਹੇ ਨੇ, ਅਤੇ ਖੜ੍ਹੇ ਕਹੀ ਜਾਂਦੇ ਨੇ ਥੱਲੇ ਪਾਣੀ ਬੇਦੀ ਲੰਘ ਜਾਓ, ਇਹ ਨਿੱਕੇ ਨਿੱਕੇ ਬੱਚੇ ਤੱਕ ਪਾਣੀ ਬੇਦੀ ਲਿਜਾਣ ਦੀ ਸਲਾਹ ਕਹਿੰਦੇ ਨੇ ਕਿ ਇਹਨਾਂ ਨੂੰ ਉੱਤੇ ਪੁਲ 'ਤੇ ਬੈਠੇ ਪੁਲਿਸ ਅਫਸਰਾਂ ਨੇ, ਪੁਲਿਸ ਵਾਲਿਆਂ ਨੇ, ਪੁਲਿਸ ਮੁਲਾਜ਼ਮਾਂ ਨੇ ਸਲਾਹਾਂ ਤਾਂ ਦਿੱਤੀਆਂ, ਪਰ ਇਹਨਾਂ ਨੂੰ ਅਗਰ ਕੁਝ ਵਾਪਰਦਾ ਕੁਝ ਹੁੰਦਾ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੋਏਗਾ? ਹਲੇ ਵੀ ਵਿਚਾਰ ਕਰਨ ਦੀ ਜ਼ਰੂਰਤ ਹੈ। ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਘੱਗਰ ਦਰਿਆ, ਸ਼ੰਭੂ ਬੈਰੀਅਰ।